ਅੱਜ ਬਹੁਤ ਹੀ ਪਵਿੱਤਰ ਦਿਨ ਹੈ ਕਿ ਸਾਡੇ ਸ਼ਹਿਰ ਇਨਾਲਾ ਦੇ ਸਾਡੇ ਭਗਵਾਨ ਸ਼੍ਰੀ ਰਾਮ ਜੀ ਦੇ ਭਗਤ ਜਿਹੜੇ ਅਯੁੱਧਿਆ ਤੋਂ ਕਲਸ ਲੈ ਕੇ ਵੱਖ ਵੱਖ ਥਾਵਾਂ 'ਤੇ ਗਏ, ਅੱਜ ਮੇਰੇ ਘਰ ਆਏ ਆ। ਮੈਂ ਸਮਝਦਾ ਕਿ ਇਹਦੋਂ ਵੱਡਾ ਮੇਰੇ ਲਈ ਕੋਈ ਸਵਾਗ ਮੌਕਾ ਨਹੀਂ ਹੋ ਸਕਦਾ ਕਿ ਅਯੁੱਧਿਆ ਦੀ ਧਰਤੀ ਜਿਹੜੀ ਹੈ ਉੱਥੋਂ ਦੇ ਕਲਸ ਜਿਹੜੇ ਉਹ ਇਹ ਲੈ ਕੇ ਆਏ ਆ। ਇਹਨਾਂ ਨੂੰ ਜੀ ਆਇਆਂ ਕਿਹਾ, ਵੈਲਕਮ ਕਿਹਾ। ਔਰ ਮੇਰੀ ਕਾਮਨਾ ਕਿ ਭਗਵਾਨ ਰਾਮ ਜੀ ਜਿਨ੍ਹਾਂ ਦੇ ਬਹੁਤ ਵੱਡੇ ਮੰਦਰ ਦਾ 22 ਜਨਵਰੀ ਨੂੰ ਉਦਘਾਟਨ ਹੋ ਰਿਹਾ, ਇਹ ਵੀ ਇੱਕ ਚੰਗਾ ਲਾ ਲਓ ਸਾਡੇ ਵਾਸਤੇ ਕਿ ਸਾਡੇ ਸਮੇਂ 'ਚ ਹੋ ਰਿਹਾ, ਸਾਡੇ ਵਕਤ 'ਚ ਹੋ ਰਿਹਾ। ਨਹੀਂ ਤਾਂ ਕਈ ਵਾਰ ਆਪਾਂ ਦੇਖਦੇ ਹਾਂ ਵੱਡੇ ਵੱਡੇ ਮੰਦਰ, ਕਹਿੰਦੇ ਜੀ 200 ਸਾਲ ਪੁਰਾਣਾ ਜੀ, 500 ਸਾਲ ਪੁਰਾਣਾ ਜੀ, 1000 ਸਾਲ ਪੁਰਾਣਾ ਜੀ। ਅਤੇ ਮੈਂ ਸਮਝਦਾ ਕਿ ਆਪਾਂ ਜਿੰਨੇ ਲੋਕ ਖੜ੍ਹੇ ਹਾਂ ਜਾਂ ਜਿੰਨੇ ਇਸ ਵੇਲੇ ਭਾਰਤ ਦੇ ਅੰਦਰ ਜਿਹੜੇ ਸਾਡੀ ਮਨੁੱਖਤਾ ਹੈ, ਸਭ ਲਈ ਇੱਕ ਬਹੁਤ ਵੱਡਾ ਮੌਕਾ ਕਿ ਸਾਡੇ ਸਮਿਆਂ ਦੇ ਵਿੱਚ ਇਹ ਮੰਦਰ ਜਿਹੜਾ ਬਣ ਰਿਹਾ, ਉਹਦੇ ਮੰਦਰ ਜਿਹੜਾ ਬੜਾ ਇਤਿਹਾਸਿਕ ਮੰਦਰ ਹੈ। ਔਰ ਮੇਰੀ ਭਗਵਾਨ ਸ਼੍ਰੀ ਰਾਮ ਜੀ ਦੇ ਅੱਗੇ ਇਹ ਕਾਮਨਾ ਬੇਨਤੀ ਹੈ ਕਿ ਉਹ ਪੂਰੇ ਦੇਸ਼ ਦੇ ਵਿੱਚ, ਭਾਰਤ ਦੇਸ਼ ਦੇ ਵਿੱਚ, ਪੂਰੇ ਦੇਸ਼ ਦੇ ਵਿੱਚ ਜਿਹੜਾ ਸੁੱਖ ਸ਼ਾਂਤੀ, ਪੂਰੇ ਸਮਾਜ ਦੇ ਅੰਦਰ ਜਿਹੜੇ ਸਾਡੇ ਇਹ ਵੱਡੇ ਵੱਡੇ ਸਾਡੇ ਲੋਕ ਨੇ, ਭਗਵਾਨ ਰਾਮ ਜੀ, ਗੁਰੂ ਨਾਨਕ ਸਾਹਿਬ, ਵੱਡੇ ਜਿਹੜੇ ਸਾਡੇ ਪੀਰ ਪੈਗੰਬਰ ਨੇ, ਇਹ ਸਾਨੂੰ ਮਨੁੱਖਤਾ ਦੀ ਸੇਵਾ ਕਰਨ ਲਈ ਸਾਰੇ ਸਮਝਾਉਂਦੇ ਆ। ਇਹਨਾਂ ਦਾ ਸਾਰਾ ਸਿਧਾਂਤ ਹੀ ਇਸ ਗੱਲ 'ਤੇ ਆ। ਸੋ ਮੈਂ ਭਗਵਾਨ ਜੀ ਨੂੰ ਬੇਨਤੀ ਕਰੂੰਗਾ ਕਿ ਜਾਤ ਪਾਤ ਸਭ ਚੀਜ਼ਾਂ ਇਸ ਦੇਸ਼ ਦੇ ਵਿੱਚੋਂ ਖਤਮ ਕਰਕੇ ਇਸ ਦੇਸ਼ ਦੇ ਜਿਹੜੀ ਤਰੱਕੀ ਹੈ ਉਹ ਭਗਵਾਨ ਜੀ ਦੀ ਆਸ਼ੀਰਵਾਦ ਦੇ ਨਾਲ ਹੋਵੇ। ਹਰ ਭਾਰਤੀ ਨੂੰ ਮਤਲਬ ਜਿਹੜਾ ਰੋਟੀ ਖਾਣ ਲਈ ਮਿਲੇ, ਹਰ ਭਾਰਤੀ ਨੂੰ ਸਿਰ ਢੱਕਣ ਵਾਸਤੇ ਜਗ੍ਹਾ ਮਿਲੇ, ਪੀਣ ਲਈ ਪਾਣੀ ਮਿਲੇ, ਉਹਨੂੰ ਨੌਕਰੀ ਮਿਲੇ, ਇਹ ਮੇਰੀ ਕਾਮਨਾ ਭਗਵਾਨ ਰਾਮ ਜੀ ਦੇ ਅੱਗੇ ਕਿ ਪੂਰਾ ਦੇਸ਼ ਇਸ ਵੇਲੇ ਬਹੁਤ, ਪੂਰੇ ਦੇਸ਼ ਦੇ ਅੰਦਰ ਖੁਸ਼ੀਆਂ ਮਨਾਈਆਂ ਜਾ ਰਹੀਆਂ, ਹਰ ਪਾਸੇ, ਪੂਰੇ ਦੇਸ਼ ਦੇ ਕੋਨੇ ਕੋਨੇ। ਸੋ ਬੇਨਤੀ ਆਪਾਂ ਨੂੰ ਸਭ ਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਭਗਵਾਨ ਰਾਮ ਜੀ ਕਿਰਪਾ ਕਰਨਗੇ, ਸਾਡਾ ਦੇਸ਼ ਤਰੱਕੀ ਕਰੇ, ਸੁੱਖ ਸ਼ਾਂਤੀ ਰੱਖੇ, ਜਾਤਾਂ ਪਾਤਾਂ ਦਾ ਨਾਸ਼ ਕਰੇ, ਔਰ ਸਭ ਲਈ ਬਰਾਬਰਤਾ ਕਰੇ, ਔਰ ਸਭ ਨੂੰ ਜਿੱਦਾਂ ਮੈਂ ਪਹਿਲਾਂ ਕਿਹਾ ਹੈ ਕਿ ਸੌਣ ਲਈ ਛੱਤ ਦੇਵੇ, ਪੀਣ ਲਈ ਪਾਣੀ ਦੇਵੇ, ਪੇਟ ਲਈ ਰੋਟੀ ਦੇਵੇ, ਜੌਬ ਦੇਵੇ, ਸਾਡਾ ਦੇਸ਼ ਤਰੱਕੀ ਕਰ ਦੇ, ਮੇਰੀ ਇਹ ਹੀ ਕਾਮਨਾ। ਔਰ ਮੈਂ ਬਹੁਤ ਖੁਸ਼ ਹਾਂ ਕਿ ਅੱਜ ਦਾ ਟਾਈਮ ਸ਼ਾਮ ਦਾ ਮੇਰੇ ਵਾਸਤੇ ਬਹੁਤ ਪਵਿੱਤਰ ਟਾਈਮ ਹੈ ਕਿ ਅਯੁੱਧਿਆ ਤੋਂ ਮਤਲਬ ਭਗਵਾਨ ਜੀ ਦੇ ਉੱਤੋਂ ਕਲਚ ਜਿਹੜੇ ਲੈ ਕੇ ਆਏ ਸਾਡੇ ਭਰਾ, ਔਰ ਅਸੀਂ 22 ਤਰੀਕ ਨੂੰ ਅਜਨਾਲੇ ਦੇ ਵਿੱਚ
ਸਾਰੇ ਆਪਣੇ ਮੰਦਰਾਂ ਦੇ ਵਿੱਚ, ਸਾਡੇ ਬੜੇ ਵਧੀਆ ਮੰਦਰ ਦੇ ਨਾਲੇ ਦੇ ਵਿੱਚ, ਔਰ ਅਸੀਂ ਸਾਰੇ ਉਦਣ ਇਹ ਦਿਨ ਜਿਹੜਾ ਮਨਾ ਰਹੇ, ਸਾਰੇ ਨਾਲਾ ਨਿਵਾਸੀਆਂ ਨੂੰ, ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਉਦੋਂ ਸਾਰੇ ਜਾਣੇ ਮੰਦਰਾਂ 'ਚ ਆਓ, ਆਪਾਂ ਭਗਵਾਨ ਜੀ ਦਾ ਇਹ ਦਿਨ ਜਿਹੜਾ ਮਨਾਉਣਾ, ਮੰਦਰ ਦਾ ਉਦਘਾਟਨ ਜਿਹੜਾ, ਆਪਾਂ ਖੁਸ਼ੀਆਂ ਸਾਂਝੀਆਂ ਕਰਨੀਆਂ, ਸਭ ਨੂੰ ਬੇਨਤੀ ਹੈ ਕਿ ਸਾਰੇ ਜਾਣੇ, ਸਾਰੇ ਮੰਦਰਾਂ 'ਚ ਜਿੰਨੇ ਮੰਦਰ ਆ ਨਾਲੇ ਦੇ, ਸਭ ਮੰਦਰਾਂ ਦੇ ਵਿੱਚ ਆਓ, ਇਹੀ ਮੈਂ ਕਹਿਣਾ ਚਾਹੁੰਦਾ।